ਮਾਨ ਸਾਹਿਬ ਅੱਜ ਤੁਸੀਂ ਬਰਨਾਲਾ ਵੀ ਰੋਡ ਸ਼ੋਅ ਕਰ ਰਹੇ, ਕਿਸ ਤਰ੍ਹਾਂ ਦੇ ਸਾਥ ਮਿਲ ਰਹੇ, ਕਿਸ ਤਰ੍ਹਾਂ ਲੋਕ ਅੱਜ ਲੋਕੀ ਸਾਹ ਨਾਲ ਬਾਹਰ ਆ ਰਹੇ? ਤੁਸੀਂ ਵੀ ਮੇਰੇ ਨਾਲ ਹੋ ਸਵੇਰ ਦੇ ਭਦੌੜ ਤੇ ਭਦੌੜ ਦੇ ਪਿੰਡਾਂ 'ਚ ਬਾਇਆ ਤਪਾ ਹੁੰਦੇ, ਹੁਣ ਬਰਨਾਲੇ ਹਾਂ, ਹੁਣ ਬਰਨਾਲੇ ਦੇ ਪਿੰਡਾਂ 'ਚ ਜਾਵਾਂਗੇ, ਕੱਲ੍ਹ ਨੂੰ ਧੂਰੀ ਦੇ ਪਿੰਡਾਂ 'ਚ ਜਾਵਾਂਗੇ। ਮੈਨੂੰ ਨਹੀਂ ਲੱਗਦਾ ਕੋਈ ਫਰਕ 2019 ਜਾਂ 2022 ਦਾ, ਕਿਉਂਕਿ ਜਿਸ ਤਰੀਕੇ ਨਾਲ ਮਾਵਾਂ ਭੈਣਾਂ ਬੱਚੇ ਸਾਰੇ ਬਾਹਰ ਆ ਰਹੇ ਨੇ, ਗਰਮੀ ਹੈ, ਇਹ ਗਰਮੀ ਦਾ ਮੌਕਾ। ਜੇ ਮੈਂ ਸ਼ਾਮ ਨੂੰ ਕੋਈ ਪ੍ਰੋਗਰਾਮ ਕਰਨਾ ਹੋਵੇ ਹੋ ਸਕਦਾ ਜ਼ਿਆਦਾ ਆ ਜਾਣ, ਪਰ ਗਰਮੀ ਦੇ ਵਿੱਚ ਇੰਨੇ ਬੱਚਿਆਂ ਸਮੇਤ ਪਰਿਵਾਰਾਂ ਦਾ ਬਾਹਰ ਆਉਣਾ, ਮੈਂ ਕਹਿੰਦਾ ਮੇਰੇ ਲਈ ਬਹੁਤ ਵੱਡੀ ਕਿਸਮਤ ਵਾਲੀ ਗੱਲ ਹੈ, ਕਿਉਂਕਿ ਪੁਰਾਣੇ ਜਨਮਾਂ ਦੇ ਪੁੰਨੀ ਨੇ ਜਿਹੜੇ ਲੋਕ ਸਾਥ ਦੇ ਰਹੇ ਨੇ। ਮੈਂ ਆਪਣੇ ਵੱਲੋਂ ਹਰ ਸਾਹ ਦੇ ਨਾਲ ਉਹਨਾਂ ਦੇ ਇਸ ਪਿਆਰ ਦੇ ਕਰਜ਼ੇ ਦਾ ਜਿਹੜਾ ਮੈਂ ਉਤਾਰਾ ਕਰਦਾ ਰਹੂੰਗਾ। ਮਾਨ ਸਾਹਿਬ ਜਿਵੇਂ ਪਹਿਲਾਂ ਬਹੁਤ ਭਾਰੀ ਲੀਡ ਨੇ ਜਿੱਤੀ, ਇਸ ਵਾਰ ਕਿੰਨਾ ਕੁ ਦਾਵਾ ਕਰਦੇ ਲੀਡ ਦਾ? ਦਾਵਾ ਤਾਂ ਮੈਂ ਪਹਿਲਾਂ ਵੀ ਨਹੀਂ ਕਰਦਾ ਸੀ, ਲੋਕ ਹੀ ਕਰਦੇ ਹੁੰਦੇ ਆ, ਸੋ ਦਾਵਾ ਤਾਂ ਲੋਕ ਦੱਸਣਗੇ ਕਿੰਨਾ ਕੁ ਹੈ। ਪਰ ਅਸੀਂ ਆਪਣੇ ਵੱਲੋਂ ਮਿਹਨਤ ਦੇ ਵਿੱਚ ਕੋਈ ਨਹੀਂ ਕਮੀ ਛੱਡਣੀ, ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਮਾਨ ਸਾਹਿਬ ਲਾਲ ਕ੍ਰਿਸ਼ਨ ਸੋਹੀ ਗ੍ਰਿਫਤਾਰੀ 'ਚ ਆ, ਹੁਣ ਲੱਗਦਾ ਕਿ ਇਹ ਗੈਂਗਸਟਰ ਜਿਵੇਂ ਧਮਕੀਆਂ ਦਿਨੋਂ ਦੇ ਰਹੇ ਨੇ ਤੇ ਗੁੰਡਾਗਰਦੀ? ਨਹੀਂ, ਇਹ ਪੁਰਾਣੀਆਂ ਪਾਰਟੀਆਂ ਦੇ ਪਾਲੇ ਹੋਏ ਨੇ, ਨੌਜਵਾਨ ਨੇ ਭਟਕਾ ਲਏ, ਗੈਂਗਸਟਰ ਦੇ ਵਿੱਚ ਲੈ ਗਏ, ਕ੍ਰਾਈਮ ਦੀ ਦੁਨੀਆ 'ਚ ਉਹਨਾਂ ਨੂੰ ਲੈ ਗਏ, ਬਾਅਦ 'ਚ ਉਹਨਾਂ ਨੂੰ ਛੱਡਤਾ। ਪਰ ਕਾਨੂੰਨ ਆਪਦਾ ਕੰਮ ਕਰੂਗਾ, ਮੈਂ ਕਾਨੂੰਨ ਦੇ ਵਿੱਚ ਕੋਈ ਇੰਟਰਫੇਰ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਦਾ ਮੁੱਦਾ ਬਣਾਇਆ ਇਸ ਚੋਣ ਦੇ ਵਿੱਚ, ਉਹਨਾਂ ਨੇ ਟਿਕਟ ਵੀ ਦਿੱਤੀ ਹੈ। ਜੇ ਬੰਦੀ ਸਿੰਘ MP ਬਣ ਕੇ ਛੁੱਟਦੇ ਨੇ ਤਾਂ ਸੁਖਬੀਰ ਬਾਦਲ ਤੇ ਉਹਦੀ ਘਰਵਾਲੀ ਹਜੇ ਵੀ MP ਨੇ, ਉਹ ਛੁਡਵਾ ਲੈਣ। ਉਹ ਜਦੋਂ ਬੰਦੀ ਸਿੰਘ ਅੰਦਰ ਸੀ, ਉਹਨਾਂ ਦੀ ਸਰਕਾਰ ਵੀ ਸੀ, ਉਦੋਂ ਕਿਉਂ ਨਹੀਂ ਛੁਡਾਏ? ਜਸਟ ਉਹਦਾ ਡਰਾਮਾ ਹੈ ਜਾਂ ਆਪਣੀ ਉਹ ਖੋਈ ਹੋਈ ਜ਼ਮੀਨ ਲੱਭਦੇ? ਧੰਨਵਾਦ। ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਜੀ? ਕਾਂਗਰਸ ਤਾਂ ਛੱਡੋ ਜੀ, ਹੁਣ ਤਾਂ ਨਿਬੜ ਗਿਆ ਕੰਮ।